ਇਹ ਹੁਣ ਅਸੀਂ ਪਹੁੰਚ ਗਏ ਹਾਂ ਮੰਦਿਰ ਦੇ ਵਿੱਚ, ਬਾਬਾ ਦੀਪ ਸਿੰਘ ਦਾ ਜਿਹੜਾ ਗੁਰਦੁਆਰਾ, ਬਾਬਾ ਦੀਪ ਸਿੰਘ ਜੀ ਦਾ, ਅਤੇ ਉਹਦੇ ਬਿਲਕੁਲ ਸਾਹਮਣੇ ਇਹ ਮੰਦਿਰ ਬਣਿਆ ਹੈ, ਅਤੇ ਇੱਥੋਂ ਗੁਰਦੁਆਰਾ ਸਾਹਿਬ ਵੀ ਦਿਖਦਾ ਹੈਗਾ, ਅਤੇ ਉਹ ਸਾਹਮਣੇ ਵਾਲੇ ਪਾਸੇ ਜਦੋਂ ਤੁਸੀਂ ਦੇਖੋਗੇ ਉਹ ਸਾਹਮਣੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਹੈ। ਜਿਹੜਾ ਬਰਮਿੰਘਮ ਹੈ ਨਾ, ਇਹ ਮੰਦਿਰ ਗੁਰਦੁਆਰਿਆਂ ਨਾਲ, ਮਸਜਿਦ ਨਾਲ ਜਾਂ ਬਹੁਤ ਸਾਰੇ ਮਿਲਣਗੇ ਤੁਹਾਨੂੰ ਭਰਿਆ ਪਿਆ, ਅਤੇ ਜਗਤ ਗੁਰੂ ਵਾਲਮੀਕੀ ਮਹਾਰਾਜ ਮੰਦਿਰ ਗਿਆਨ ਆਸ਼ਰਮ UK ਅੰਦਰਲੇ ਪਾਸੇ ਦੇਖਦੇ ਹਾਂ। ਹਾਂਜੀ, ਕੀ ਹਾਲ ਚਾਲ ਨੇ ਜੀ? ਵਧੀਆ ਬਾਈ, ਇਹ ਜੀ ਆ ਗਏ ਆਪਣੇ ਬੰਦੇ, ਸਾਰੀ ਸੰਗਤ। ਚਲੋ ਜੀ ਅੰਦਰ, ਮੈਨੂੰ ਐਸ, ਮੈਂ ਕਿਹਾ ਚਲੋ ਦਰਸ਼ਨ ਕਰਾਈਏ ਮੰਦਿਰ ਦੇ ਵੀ ਅੰਦਰਲੇ ਪਹਿਲਾਂ ਪਾਸੇ। ਡੋਰ ਖੁੱਲੇ, ਮੈਂ ਕਿਹਾ ਡੋਰ ਖੁੱਲੀ ਨਹੀਂ ਬਾਈ। ਅੱਛਾ, ਮੈਂ ਤਾਂ ਖੁੱਲੀ ਨਹੀਂ, ਮੈਨੂੰ ਐਸ, ਮੈਂ ਕਿਹਾ ਬੰਦ ਨਾ ਹੋਵੇ ਜੀ। ਭੈਣ ਉਹ, ਹਾਂਜੀ ਆਉਂਦੇ ਆ ਜੀ ਉਹ ਵੀ। ਹਾਂਜੀ, ਮੈਂ ਤੁਹਾਨੂੰ ਬੜੀ ਸ਼ੁਕਰੀਆ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਇਹ ਲੰਗਰ ਹਾਲ ਹੈ ਜੀ ਅੰਦਰਲੇ ਪਾਸੇ, ਸਾਰੀ ਆਪਣੀ ਪੰਜਾਬ ਦੀ ਸੰਗਤ। ਸਤਿ ਸ਼੍ਰੀ ਅਕਾਲ ਜੀ, ਸਾਰੇ ਦੇਖਣ ਵਾਲੇ ਆ ਜੀ, ਅਤੇ ਬਾਕੀ ਉੱਪਰਲੇ ਪਾਸੇ ਵੀ ਤੁਹਾਨੂੰ ਦਰਸ਼ਨ ਕਰਨ। ਸਤਿ ਸ਼੍ਰੀ ਅਕਾਲ ਜੀ, ਸ਼ਾਇਦ ਸੰਡੇ ਨੂੰ ਇੱਥੇ ਵੀ ਸਾਰੇ ਸੰਗਤ ਆਉਂਦੀ ਹੋ ਨਾ, ਜਿਵੇਂ ਆਪਣੇ ਗੁਰਦੁਆਰਾ ਸਾਹਿਬ ਜਾਂਦੀ ਆ ਉਵੇਂ ਇੱਥੇ ਜਾਂਦੇ। ਉੱਪਰਲੇ ਪਾਸੇ ਆ ਇਹ ਭਗਵਾਨ ਵਾਲਮੀਕ ਜੀ ਦਾ ਮੰਦਿਰ ਹੈ ਜੀ, ਵਧੀਆ ਬਣਿਆ ਹੈ, ਬਹੁਤ ਜ਼ਿਆਦਾ ਸੋਹਣਾ, ਇੱਥੇ ਪਾਠ ਚੱਲ ਰਹੇ ਅੰਦਰ ਵੀ। ਪ੍ਰਗਟ ਹੋਏ ਸੰਸਾਰ ਦੇ ਰਿਸ਼ੀਆਂ ਦੇ ਸਰਤਾਜ, ਫੁੱਲਾਂ ਵੰਡੀ ਜਗ ਤੇ ਆਣ ਮਣੀ ਖੁਸ਼ਬੋ ਮਹਾਨਾ ਵਾਲੇ ਸੂਰਜਾਂ। ਸੋ ਇਹ ਸੀ ਇੱਥੋਂ ਦੇ ਤੁਹਾਨੂੰ ਮੰਦਿਰ ਦੇ ਜਿਹੜੇ ਦਰਸ਼ਨ ਕਰਾਏ ਆ, ਅਤੇ ਇਹੋ ਜਿਹਾ ਰਹਿਣ ਸਹਿਣ ਆਪਣੇ ਪੰਜਾਬੀਆਂ ਦਾ, ਜਿਵੇਂ ਕਿ ਮੈਂ ਕਹਿ ਰਿਹਾ ਸੀ ਨਾ ਵੀ ਆਪਣੇ ਪੂਜਾ ਪਾਠ ਸਾਰੇ, ਕਰਮ ਧਰਮ ਸਾਰੇ, ਈਵਨ ਕਿ ਮਸਜਿਦ ਵੀ ਆ। ਉਹ ਪਿਛਲੇ ਪਾਸੇ ਮਸਜਿਦ ਬੰਦ ਪਈ ਸੀ ਸ਼ਾਇਦ ਬਰਮਿੰਘਮ 'ਚ, ਮੈਨੂੰ ਲੱਗਦਾ ਪੰਜਾਬ 'ਚ ਤਾਂ, ਮੈਨੂੰ ਲੱਗਦਾ ਜਿਵੇਂ ਮੁਸਲਿਮ ਜਿਹੜੀ ਕਮਿਊਨਿਟੀ ਉਹ ਘੱਟ ਹੈਗੀ ਪੰਜਾਬ ਤੋਂ, ਜਾਂ ਮਾਈਗ੍ਰੇਟ ਘੱਟ ਹੋਈ ਹੋਈ ਆ ਹੈ ਨਾ, ਅਤੇ ਸਿੱਖਿਜ਼ਮ ਜਾਂ ਹਿੰਦੂਇਜ਼ਮ, ਇਹ ਤਾਂ ਦੋਨੇ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ। ਅਤੇ ਮੰਦਿਰ ਵੀ ਇੱਥੇ 5-6 ਆ, ਅਤੇ ਗੁਰਦੁਆਰਾ ਸਾਹਿਬ ਤਾਂ ਜਿਵੇਂ ਤੁਹਾਨੂੰ ਦੱਸਿਆ ਸੀ, ਮਸਜਿਦ ਵੈਸੇ ਭੈਣ ਦੱਸ ਲਈ ਵੀ ਮਸਜਿਦ ਇੱਕੋ ਹੀ ਆ।